ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਮੇਰੇ ਚੈਨਲ ਮਨਦੀਪ ਕੁਕਿੰਗ ਵਿੱਚ ਸਵਾਗਤ ਹੈ। ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮੱਕੀ ਦੀ ਰੋਟੀ ਮੇਥੀ ਵਾਲੀ। ਚਲੋ ਤੁਹਾਨੂੰ ਦਿਖਾਉਂਦੇ ਹਾਂ ਕੀ ਚਾਹੀਦਾ। ਆਟਾ ਅਸੀਂ ਛਾਣ ਲਿਆ, ਹੁਣ ਅਸੀਂ ਇਹਦੇ ਵਿੱਚ ਮੇਥੀ ਧਨੀਆ ਇਹ ਚੰਗੀ ਤਰ੍ਹਾਂ ਧੋ ਲਿਆ ਅਸੀਂ ਕੱਟ ਕੇ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਅਸੀਂ ਮੱਕੀ ਦੇ ਆਟੇ ਵਿੱਚ ਮਿਰਚੀ ਅਤੇ ਧਨੀਆ ਪਾ ਦਿੱਤਾ। ਹੁਣ ਅਸੀਂ ਅਦਰਕ ਅਤੇ ਹਰੀਆਂ ਮਿਰਚਾਂ ਪਾਵਾਂਗੇ। ਅਤੇ ਬਰੀਕ ਕੱਟਿਆ ਹੋਇਆ ਪਿਆਜ਼, ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹਾਂ, ਆਪਸ਼ਨਲ ਆ। ਹੁਣ ਅਸੀਂ ਨਮਕ ਪਾਵਾਂਗੇ ਇੱਕ ਚਮਚ, ਅੱਧਾ ਹੋਰ ਪਾਤਾ ਇੱਕ ਚਮਚ ਮਸਾਲੇ ਦਾ, ਅੱਧੀ ਚਮਚ ਅਜਵਾਇਣ ਦੀ, ਅਸੀਂ ਇਹਨੂੰ ਮਿਕਸ ਕਰਾਂਗੇ। ਜੇ ਤੁਸੀਂ ਕੁਛ ਹੋਰ ਵੀ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹਾਂ। ਸਾਰੇ ਆਟੇ ਵਿੱਚ ਚੰਗੀ ਤਰ੍ਹਾਂ ਮਸਾਲੇ ਅਤੇ ਮੇਥੀ ਮਿਕਸ ਕਰਾਂਗੇ। ਹੱਥ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ, ਹੁਣ ਅਸੀਂ ਪਾਣੀ ਦੇ ਨਾਲ ਇਹਨੂੰ ਗੁੰਨਾਂਗੇ ਥੋੜ੍ਹਾ ਥੋੜ੍ਹਾ ਪਾ ਕੇ। ਹੁਣ ਪਹਿਲਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ। ਹੁਣ ਅਸੀਂ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਪਾਵਾਂਗੇ ਤਾਂ ਇਹਨੂੰ ਗੁੰਨਾਂਗੇ। ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨਣਾ ਆਟਾ ਅਸੀਂ ਗੋਲ ਤਾਂ ਮਸਲ ਕੇ। ਹੁਣ ਅਸੀਂ ਇਹਦੀ ਰੋਟੀ ਬਣਾਵਾਂਗੇ। ਹੁਣ ਅਸੀਂ ਰੋਟੀ ਬਣਾਵਾਂਗੇ ਇਸ ਤਰ੍ਹਾਂ। ਜੇ ਤੁਹਾਡੇ ਤੋਂ ਹੱਥ 'ਤੇ ਬਣਦੀ ਤੁਸੀਂ ਹੱਥ 'ਤੇ ਬਣਾ ਸਕਦੇ ਹਾਂ, ਨਹੀਂ ਤਾਂ ਚੱਕਲੇ ਦੇ ਉੱਤੇ ਲਿਫਾਫਾ ਰੱਖ ਕੇ ਇੱਦਾਂ ਬਣਾ ਸਕਦੇ ਹਾਂ। ਰੋਟੀ ਸਾਡੀ ਬਣ ਗਈ, ਹੁਣ ਅਸੀਂ ਇਹਨੂੰ ਸੇਕਾਂਗੇ। ਹੁਣ ਅਸੀਂ ਤਵੇ 'ਤੇ ਰੋਟੀ ਪਾਵਾਂਗੇ ਸੇਕਣ ਲਈ। ਰੋਟੀ ਅਸੀਂ ਸੇਕ ਲਈ, ਰੋਟੀ ਸਾਡੀ ਬਣ ਕੇ ਤਿਆਰ ਆ ਜੀ। ਤੁਸੀਂ ਦਹੀਂ ਦੇ ਨਾਲ ਮੱਖਣ ਦੇ ਨਾਲ ਖਾ ਸਕਦੇ ਆ। ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।